ਤੁਸੀਂ ਇਮਰਾਨ ਖਾਨ ਦੇ ਲਾਗੇ ਦੁਆ ਕਰੋ ਕਵਰ ਵੀ ਨਾ ਬਣੇ। ਕਿਉਂ? ਉਹਨੇ ਕਿਹਾ 80% ਦਾੜੀਆਂ ਵਾਲੇ ਫਰਾਡੀ ਨੇ ਤੇ 20% ਦਾੜੀਆਂ ਵਾਲਿਆਂ ਤੇ ਮੈਨੂੰ ਸ਼ੱਕ ਏ। ਤੇ ਮੈਂ 5 ਦਿਨ ਹੋ ਗਏ ਨੇ ਜਿੱਦਣ ਦੀ ਵੀਡੀਓ ਸੁਣੀ ਹੈ ਨਾ ਉਹਦੀ, ਮੈਂ ਰੋਜ਼ 5 ਮਿੰਟ ਲਾ ਰਿਹਾ ਹੈ ਕਿ ਤੇਰੇ ਅੱਬੇ ਨੇ ਦਾੜੀ ਰੱਖੀ ਸੀ, ਸਾਨੂੰ ਹੁਣ ਉਹਦੇ 'ਤੇ ਵੀ ਸ਼ੱਕ ਏ। ਜਿਹੜੇ ਮੌਲਵੀ ਨੇ ਤੇਰੇ ਅੱਬੇ ਦਾ ਜਨਾਜ਼ਾ ਪੜ੍ਹਾਇਆ ਉਹ ਤੇ ਬੇਈਮਾਨ, ਤੇਰੇ ਅੱਬੇ 'ਤੇ ਵੀ ਹੁਣ ਸਾਨੂੰ ਸ਼ੱਕ ਏ। ਤੇਰੀ ਮਾਂ ਦਾ ਨਿਕਾਹ ਮੌਲਵੀ ਨੇ ਪੜ੍ਹਾਇਆ, ਸਾਨੂੰ ਉਸ ਨਿਕਾਹ 'ਤੇ ਵੀ ਸ਼ੱਕ ਏ, ਸਾਨੂੰ ਹੁਣ ਤੇਰੇ ਹਲਾਲ ਦੇ ਹੁਣ 'ਤੇ ਵੀ ਸ਼ੱਕ ਏ। ਹਾਂ ਸੱਚੀ ਗੱਲ ਹੈ, ਢਿੱਲੇ ਨਾ ਪਿਆਜ਼ ਜਿਹੜੇ ਵਿੱਚ ਉਹਦੇ ਮਹਿਤੀ ਬੈਠੇ ਨੇ ਨਾ, ਉਹ ਸੁਣ ਲਓ। ਉਹਨੇ ਕਿਹਾ 80% ਦਾੜੀਆਂ ਵਾਲੇ ਫਰਾਡੀ ਨੇ ਅਤੇ 20% ਦਾੜੀਆਂ ਵਾਲਿਆਂ 'ਤੇ ਮੈਨੂੰ ਸ਼ੱਕ ਏ। ਅਤੇ ਸੁਣ ਲਾ, ਜਿੰਨੇ ਮੌਲਵੀਆਂ ਨਾਲ ਪਾਈ ਹੋ ਨਾ, ਭੁੱਟੋ ਨੇ ਕਿਹਾ ਸੀ ਮੈਂ ਮੌਲਵੀ ਮਾਰ ਦੇਣੇ, ਅੱਜ ਉਹਦਾ ਨਿਸ਼ਾਨ ਨਹੀਂ। ਅਤੇ ਜਨਾਬ ਜ਼ਿਆ ਉਲ ਹੱਕ ਨੇ ਲਾਮਾ ਨੂੰ ਸ਼ਹੀਦ ਕਰਾਇਆ, ਅੱਜ ਵੇਖ ਲਓ ਕਿੱਥੇ ਆ। ਅਤੇ ਗੱਲ ਸੁਣ ਲਓ, ਮੌਲਵੀਆਂ ਨਾਲ ਜਿੰਨੇ ਵੀ ਦੁਸ਼ਮਣੀ ਪਾਈ ਨਾ, ਗੱਲ ਸੁਣ ਲਓ, ਮੁਸ਼ਰਫ ਦਾ ਅੱਜ ਨਾਮ ਲੈਣ ਵਾਲਾ ਕੋਈ ਨਹੀਂ। ਅਤੇ ਲਾਲ ਮਸਜਿਦ ਉੱਥੇ ਹੀ ਹੈ। ਜਿੰਨੇ ਵੀ ਮੌਲਵੀਆਂ ਨਾਲ ਪਾਈ ਹੈ ਨਾ ਵੈਰ, ਉਹ ਕਦੀ ਪਾਕਿਸਤਾਨ ਸੁਖੀ ਨਹੀਂ ਵਸਿਆ। ਇਹਨੇ ਮੌਲਵੀਆਂ ਨੂੰ ਕੀਤੀ ਹੈ ਟਿਚਕਰ, ਇਹਨੇ ਕਿਹਾ ਮੌਲਵੀ ਫਰਾਡੀ ਨੇ ਅਤੇ ਪੁੱਤਰ ਅਸੀਂ ਇਲੈਕਸ਼ਨ 'ਚ ਤੈਨੂੰ ਦੱਸਾਂਗੇ ਮੌਲਵੀਆਂ ਦਾ ਵਜ਼ਨ ਕਿੰਨਾ, 20-20 ਬਾਲ ਤੇ ਮੌਲਵੀਆਂ ਦੇ ਇਕੱਲੇ ਇਕੱਲੇ ਨੇ ਨਾ, ਅਤੇ ਤੈਨੂੰ ਦੱਸਾਂਗੇ ਇਲੈਕਸ਼ਨ 'ਚ ਵੀ ਕੀ ਭਾਅ ਤੁਲਦੀ ਹੈ। ਹਾਂ ਉਹ ਪੁੱਤਰੋ ਜਿੰਨੇ ਬੈਠੇ ਜੇ, ਤੁਸੀਂ ਇਸ ਪਾਰਟੀ ਦੇ ਨੇੜੇ ਨਹੀਂ ਜਾਣਾ, ਬਾਕੀਆਂ ਦੀ ਸਾਨੂੰ ਕੋਈ ਨਹੀਂ। ਜਿਹੜੇ ਸਾਨੂੰ ਸੁਣਦੇ ਨੇ ਨਾ, ਇਹ ਤੇ ਪੁੱਤਰ ਤੇਰੇ ਨੇੜੇ ਨਹੀਂ ਲੰਘਣਗੇ। 1-2 ਮਹੀਨੇ ਪਹਿਲਾਂ ਇਹਨੇ ਮੀਆਂ ਵਾਲੀ 'ਚ ਕਿਹਾ ਸੀ ਕਿ ਮੈਨੂੰ ਰੱਬ ਨੇ ਜੇ ਦੋਜਕ 'ਚ ਵੀ ਘੱਲਤਾ, ਮੈਨੂੰ ਉੱਥੇ ਵੀ ਗਰਮੀ ਨਹੀਂ ਲੱਗਣੀ, ਇਹਨੇ ਕਿਹਾ ਸੀ। ਹੁਣ ਤੁਸੀਂ ਦੱਸੋ, ਇਹ ਕੁਫਰ ਨਹੀਂ, ਇਹ ਅੱਲਾਹ ਨੂੰ ਚੈਲੰਜ ਨਹੀਂ ਕਿ ਮੇਰੇ ਨਬੀ ਨੇ ਫਰਮਾਇਆ ਦੋਜਕ 'ਚ ਕੈਸੀ ਵਾਦੀ ਹੈ ਜਿਹਦੇ ਤੋਂ ਸਾਰਾ ਦੋਜਕ ਵੀ ਪਨਾਹ ਮੰਗਦਾ, ਜਨਮ 'ਚ ਕੈਸੀ ਵਾਦੀ ਹੈ, ਤੇ ਅੱਲਾਹ ਨੂੰ ਕੁਫਰ, ਇਹ ਪਾਗਲ ਹੋ ਗਿਆ ਹੈ। ਤੇ ਇਹਨੇ ਕਿਹਾ 80%। ਮੈਂ ਜਿੱਦਣ ਭਟਵੀ ਸਾਹਿਬ ਇਹ CD ਸੁਣੀ ਨਾ ਇਹਦੀ, ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਮੈਂ ਜਲਸਾ ਕਰਕੇ ਗਿਆ, 4 ਘੰਟੇ ਮੈਂ ਰੋਂਦਾ ਹੀ ਰਿਹਾ ਕਿ ਮਾਲਕ ਸਾਡੇ ਨੌਜਵਾਨ ਕਿਹਦੇ ਮਗਰ ਤੁਰ ਪੈਣ, ਕਿ ਜਿਹੜਾ ਤੈਨੂੰ ਚੈਲੰਜ ਕਰ ਰਿਹਾ ਕਿ ਮੈਨੂੰ ਦੋਜਕ 'ਚ ਵੀ ਗਰਮੀ ਨਹੀਂ ਲੱਗਣੀ, ਤੇ ਜਿਹੜਾ ਤੈਨੂੰ ਚੈਲੰਜ ਕਰ ਰਿਹਾ। ਤੁਸੀਂ ਵੇਖੋ ਨਾ, ਤੁਸੀਂ ਹੈਰਾਨ ਹੋ ਜਾਓ, ਕਿ ਤੁਹਾਨੂੰ ਪਤਾ ਹੀ ਨਹੀਂ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਇਹ ਨੈੱਟ 'ਤੇ ਵੀਡੀਓ ਮੌਜੂਦ ਹੈ। ਉਹਨੇ ਕਿਹਾ 80% ਦਾੜੀਆਂ ਵਾਲੇ ਫਰਾਡੀ, ਦੱਸੋ ਮਾਮੇ ਕਾਬਾ ਦੀ ਦਾੜੀ ਨਹੀਂ, ਇਮਾਮ ਮਸਜਿਦ ਨਬੀ ਦੀ ਦਾੜੀ ਨਹੀਂ, ਬੈਤੁਲ ਮੁਕੱਦਸ ਦੇ ਇਮਾਮ ਦੀ ਦਾੜੀ ਨਹੀਂ, ਔਰ ਇਸ ਚਵਲ ਨੂੰ ਕੀ ਪਤਾ ਹੈ। ਹਿੰਦੂ ਦਾੜੀ ਦਾ ਇਹਤਰਾਮ ਕਰਦੇ ਨੇ, ਸਿੱਖ ਦਾੜੀ ਦਾ ਇਹਤਰਾਮ ਕਰਦੇ ਨੇ, ਯਹੂਦੀ ਜਿਨ੍ਹਾਂ ਦਾ ਇਹ ਚਮਚਾ ਹੈ। ਹਾਂ ਇਹਨਾਂ ਦੀ ਪੰਜਾਬ ਜੀ ਜਿਹੜੀ ਬੁੜੀ ਉੱਥੇ ਬਾਲ ਲੈ ਕੇ ਬੈਠੀ ਹੈ ਨਾ ਅੰਗਰੇਜ਼ਨੀ, ਉਹ ਜਮੈਮਾ ਉਹਦੇ ਕੋਲੇ ਦੇ ਬਾਲ ਪਲੰਦੈ ਨੇ, ਉਹ ਅੰਗਰੇਜ਼ਾਂ ਦੇ ਨਾਲ ਖੇ ਮਿੱਟੀ ਖਾਂਦੇ। ਅਤੇ ਇਹ ਜਨਾਬ ਚਵਲ ਨੂੰ ਪਤਾ ਨਹੀਂ ਮੇਰੀ ਧੀ ਵੀ ਉੱਥੇ ਹੀ ਹੈ, ਅਤੇ ਇਹਨਾਂ ਦਾ ਮੈਂ ਪਾਕਿਸਤਾਨ ਦਾ ਮਾਮਾ ਬਣਨਾ ਹੈ। ਅਤੇ ਇਹਨਾਂ ਜੀ ਯਹੂਦੀ ਵੀ ਦਾੜੀ ਦਾ ਇਹਤਰਾਮ ਕਰਦੇ ਨੇ, ਸਿੱਖ ਵੀ, ਹਰ ਮਜ਼ਹਬ ਦਾੜੀ ਦਾ ਇਹਤਰਾਮ ਕਰਦਾ ਹੈ। ਇੱਕ ਨਹੀਂ ਕੀਤਾ ਅਤੇ ਇਸ ਚਵਲ ਨੇ ਨਹੀਂ ਕੀਤਾ, ਅਤੇ ਇਨਸ਼ਾਲਾ ਮੂੰਹ 'ਤੇ ਹੱਥ ਫਿਰਿਆ ਹੀ, ਇਹ ਵੀਡੀਓ ਬਣ ਰਹੀ ਹੈ। ਅਸੀਂ ਮੌਲਵੀ ਇਨਸ਼ਾਲਾ ਇਲੈਕਸ਼ਨ 'ਚ ਹਰ ਗਲੀ ਗਲੀ ਤੇਰੇ ਛਿੱਕੇ ਨਾ ਛਡਾਏ ਤਾਂ ਸਾਨੂੰ ਮੌਲਵੀ ਕਿੰਨੇ ਕਹਿਣਾ। ਹਾਂ ਸਾਨੂੰ ਇਨਸ਼ਾਲਾ ਡਰ ਕੋਈ ਨਹੀਂ, ਤੂੰ ਜਿੰਨਾ ਮਰਜ਼ੀ ਲਗਾ, ਫਿਰ ਸਾਨੂੰ ਪਤਾ ਤੂੰ ਨਹੀਂ ਬੋਲਦਾ, ਤੇਰੇ ਪਿੱਛੇ ਗੱਲ ਵਿੱਚ ਹੋ ਰਹੇ। ਹਾਂ ਸਾਨੂੰ ਪਤਾ ਹੈ ਤੂੰ ਇੰਨੀ ਕਾਤ ਦਾ ਮਾਲਕ ਨਹੀਂ। ਤੂੰ ਮੁੰਡਿਆਂ ਨੂੰ ਗੁੰਮਰਾਹ ਕੀਤਾ ਕਿ ਮੈਂ ਨਵੀਂ ਪਾਰਟੀ ਹੈ। ਨਵੀਂ ਪਾਰਟੀ ਉਹ ਹੁੰਦੀ ਜਿਹਦੇ 'ਚ ਨੌਜਵਾਨ ਨਸਲ ਹੋਵੇ, ਨਿੱਕੀ ਜੀ ਪਿਦਨੀ ਪਿਦ ਪਿਦ ਕਰਦੀ ਅਤੇ ਸਾਰੇ ਪਾਕਿਸਤਾਨ ਦੀ ਲਿੱਦ ਇਕੱਠੀ ਕਰਦੀ, ਅਤੇ ਲਿੱਦ ਇਕੱਠੀ ਕਰਕੇ ਤੇ ਤੂੰ ਪਾਰਟੀ ਬਣਾਈ ਹੈ। ਉਹ ਬੋਲੋ ਤੇ ਸਹੀ ਜ਼ਰਾ, ਸਾਰੀਆਂ ਪਾਰਟੀਆਂ ਦਾ ਗੰਦ ਤੇਰੀ ਪਾਰਟੀ 'ਚ ਆ ਗਿਆ, ਅਤੇ ਤੂੰ ਮੁੰਡਿਆਂ ਨੂੰ ਗੁੰਮਰਾਹ ਕੀਤਾ ਹੈ ਕਿ ਮੈਂ ਨਵੀਂ ਪਾਰਟੀ ਬਣਾਈ ਹੈ, ਅਤੇ ਨਵੀਂ ਪਾਰਟੀ ਪਾਕਿਸਤਾਨ 'ਚ ਹੁਕਮਰਾਨੀ ਕਰੂ। ਇਨਸ਼ਾਲਾ ਮੌਲਵੀ ਜ਼ਿੰਦਾ ਰਹਿ ਤੇ ਤੇਰੇ ਵਰਗੇ ਚਵਲਾਂ ਨੂੰ ਤਹਤ ਨਹੀਂ ਆਉਣ ਦੇਵਾਂਗੇ ਇਨਸ਼ਾਲਾ। ਹਾਂ ਇਹ ਗੱਲ ਪੱਕੀ ਲਿਖ ਲਵੇ, ਮਰਕਜ਼ੀ ਜਮੀਅਤ ਇਨਸ਼ਾਲਾ ਜ਼ਿੰਦਾ ਹੈ, ਯੂਥ ਫੋਰਸ ਦੇ ਨੌਜਵਾਨ ਜ਼ਿੰਦਾ ਨੇ। ਔਰ ਸਿਆਣੇ ਕਹਿੰਦੇ ਨੇ ਹੱਕ ਬਾਤ ਕਹਿ ਦੇਣਾ ਇਹ ਵੀ ਜਹਾਦ ਹੈ। ਬੋਲੋ, ਹੱਕ ਬਾਤ ਕਹਿ ਦੇਣਾ ਇਹ ਵੀ ਜਹਾਦ ਹੈ। ਇਹ ਗੱਲ ਕਹੀ ਹੁੰਦੀ ਕਿਸੇ ਮੌਲਵੀ ਨੇ ਤੇ ਇਹਨਾਂ ਸਿਰ ਤੇ ਬਾਂਹ ਰੱਖ ਲੈਣੀ ਸੀ ਲੋਕਾਂ ਨੇ, ਮੀਡੀਆ ਵਾਲਿਆਂ। ਪਤਾ ਹੈ ਨਾ ਸਾਡੇ ਅੱਬੇ ਨੇ ਇਹਨੂੰ ਬਿਠਾਇਆ ਹੈ। ਮੀਡੀਆ ਵਾਲੇ ਵੀ ਜਨਾਬ ਇਸ ਗੱਲ ਨੂੰ ਹਾਈਲਾਈਟ ਨਹੀਂ ਕਰਦੇ, ਕਿਉਂ? ਉਹ ਵੀ ਉਸੇ ਘਰ ਦੇ ਚੌਕੀਦਾਰ ਤੇ ਉਹ ਵੀ ਉਸੇ ਘਰ ਦੇ ਪਾਲਸ਼ੀ। ਹਾਂ ਗੱਲ ਵਿੱਚ ਹੋਰ ਹੈ, ਉੱਚੀ ਬੋਲੋ ਤੇ ਸਹੀ, ਗੱਲ ਵਿੱਚ ਹੋਰ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦਾਵਤ ਦੇਣਾ ਹੈ, ਇਹੋ ਜਿਹੇ ਬੰਦੇ ਦੇ ਨੇੜੇ ਨਾ ਜਾਓ, ਉਹ 60-65 ਸਾਲ ਦਾ ਹੋਇਆ ਪਿਆ ਹੈ,
आप तो मरिया पिया जे तो कौम सारी बेहयाई तला दस। कसमें जो नौजवान नस्ल बदतमीज बनाई है इन्हें बनाई है, नहीं तो बच्चों की जरूरत नहीं सी होंगी वड्डा गल करता हो तो कभी वो कर जाए। यह जिनी यंग नस्ल है ना ये सारी इन्हें बदतमीज बनाई जे। पर सियाने कहते हैं जो किसी अगे बीजिए ना तो अपने अगे भी आता है, टोया कढ़ीए ना अपने इन्हें मुंडे बदतमीज बनाए ने ना तो इंशाला ये भी बदतमीजी शुरू होनी है। इन्हें मौलवियों बदतमीज की है ना, हम दाढ़ी रखी है बजुर्गों ने, यह भाई ने दाढ़ी रखी है ना रखी है, तुम कोई मौलवी जे नहीं ना तो दाढ़ी रखी है जरूर दी सुनने समझ के तो दसो भी जरा दाढ़ी की तोहीन करे उन्होंने असं लीडर मनांगे उची बोलो तो ताडे आ जड़ा वाले परसों पागल बना गया चार पाँच दिन पहले कि मैं ताडा लीडर हाँ तो साढ़े कौम भी नालियाँ की खातर उन्होंने लीडर मनी जिदे मूँह तो आप 12 डेंट ने हाँ तो उन्होंने जनाब लीडर मनी फिर दी है। मैं उन्होंने कहा पहले अमरीका जाकर डेंट कढ़ा सर्जरी करा फिर नौजवानों का जवान लीडर बन। 65 साल का बाबा है बुढ़ी तेरे को वसाई नहीं गई पाकिस्तान तो कट्टा वसाना ये गल ही जो घर नहीं वसा सकता उन्हें पाकिस्तान की वसाना है। और बोलो तो सही ए मरकजी जमीयत का स्टेज है और साडा फर्ज बनता है असी नुमाइंदगी करिए अपनी जमात की। बोलो जिन्हें नौजवान जे जड़ा दाढ़ी की तोहीन करे असी उन्हें लीडर बन देना, उची बोलो सारे जरा गज के असी लीडर बन देना नहीं। ए बरसरे एक ना जी स्टेज मैं गल कर रहा है और अल्लाह की रहमत है